ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਰੋਨਾ ਵਾਇਰਸ ਨਾਂ ਦੀ ਬਿਮਾਰੀ ਫੈਲ ਗਈ ਹੈ। ਸਾਰੇ ਨੌਗਰ ਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ, ਘਰੇ ਰਹੋ। ਤੇਰੀ ਭੈਣ ਨੂੰ ਕਾਇਨਾਤ ਯੂ ਭੈਣ ਚੋ ਨਵਾਂ ਵਾਇਰਸ ਆਇਆ ਜਿਸਕੀ ਵੈਲੋਸਿਟੀ ਨਹੀਂ ਹੋ ਘਾਟੀ ਕੋਰੋਨਾ ਵਾਇਰਸ ਇਵੀ ਹੋਈ ਹੈ ਜੀ ਤੋ। ਹਾਂ ਬਸ ਹੁਣ ਰੁਮਾਲ ਕਹਾਂ ਤੇਰਾ ਰੁਮਾਲ ਤੋਂ ਗਈ ਜਮਾ ਇਹੋ ਕੀ ਬੰਨ ਰੱਖਿਆ ਜਿੰਨੇ ਤੇਰੇ ਉਹ ਉਸੇ ਕਰਕੇ ਤਾਂ ਬੰਨਿਆ ਮੈਂ। ਅੱਛਾ ਪਹਿਲਾਂ ਵੀ ਦੇਖ ਲਈ ਤੁੰਨੇ ਉਹ ਕਪੜੇ। ਹਾਂ ਤੂੰ ਕਰ ਰੁਮਾਲ ਬੰਨ ਮੈਂ ਵੀ ਬੰਨਾ ਫਿਰ ਮੂੰਹ ਪਰ ਰੁਮਾਲ ਬੰਨ ਲੈ ਆਪਣੀ ਟੀਮ ਦੇ ਗੈਂਗ ਕੇ ਜਿੰਨੇ ਵੀ ਮੈਂਬਰ ਹੈ ਨਾ। ਅੱਛਾ ਸਾਰਿਆਂ ਤੱਕ ਸੁਨੇਹਾ ਲਾ ਦੇ ਮੀਟਿੰਗ ਬਣਾਣੀ ਹੈ ਮੈਨੂੰ ਬੰਨਣਾ ਜ਼ਰੂਰੀ ਹੈ ਬੰਨ ਬੰਨ ਛੇਤੀ ਬੰਨ ਔਰ ਮੇਰੀ ਬਾਤ ਸੁਣ ਜੇ ਨਾ ਬੰਨਾ ਇਹਨੂੰ ਕੀ ਹੋ ਜਾਏਗਾ ਫਿਰ ਸੋਚ ਕੇ ਫੈਲ ਜਾਏਗਾ ਇੱਕ ਦੂਸਰੇ ਨੂੰ। ਅੱਛਾ ਯਾ ਅੱਛਾ ਫੈਲਾ ਇਸ ਤਰ੍ਹਾਂ। ਹਾਂ ਹਾਂ ਬਸ ਸੁਣ ਜਿੰਨੇ ਵੀ ਆਪਣੇ ਗੈਂਗ ਕੇ ਬੰਦੇ ਆ ਨਾ ਸਾਰਿਆਂ ਨੂੰ ਸੁਨੇਹਾ ਲਾ ਦੇ ਫਿਰ ਤਾਂ ਟਾਇਰ ਤੋਂ ਬੰਨਾ ਇਹਨੂੰ ਕਰਕਾ ਮੈਂ ਸਾਰਿਆਂ ਨੂੰ ਸੁਨੇਹਾ ਲਾ ਦੇ ਮੀਟਿੰਗ ਆ ਕਹਦੇ ਜਲਦੀ ਆਓ ਜਲਦੀ ਕਿੰਨੇ ਵਜੇ ਟਾਇਰ ਤੋਂ ਕਦੀ ਹੋਈ ਨਾ ਕਿਸੇ ਨੂੰ ਕਰੋਨਾ ਹੋ ਜਾ ਨਹੀਂ ਆਉਂਦੀ ਮੇਰੇ ਨੂੰ ਇਹ ਵੀ ਬਣਾ ਲੇ ਤਾਂ 11 ਮੈਂ ਜਾਵਾਂਗੇ ਕਿਉਂਕਿ ਇਹ ਪੈਣ ਤੇ ਚੈਨ ਵਾਲੇ ਦੀ ਮਿਹਰਬਾਨੀ ਹੋਈ ਜਦ ਤੋਂ ਸਾਲੇ ਕੁੱਤੇ ਬਿੱਲੀਆਂ ਪਤਾ ਨਹੀਂ ਕਿਆ ਕਿਆ ਮਾਰ ਮਾਰ ਕੇ ਖਾਈ ਜਾਂ ਕੁੱਤ ਪਾਣੀ ਲੇਗਾ ਸਾਰਿਆਂ ਵਾਸਤੇ ਜਾ ਨਵਾਂ ਤਰੀਕਾ ਪੂਰਾ ਆ ਜਾਓ ਉਰਾ ਬੈਠੋ ਸਾਰੀ ਬਾਤ ਬਤਾਵਾ ਉਰਾ ਬੈਠੋ। ਹਾਂ ਬੋਸ ਮੇਰੇ ਤੋਂ ਸੁਣ ਲਈ ਮੇਰੀ ਬਾਤ ਸੁਣ ਲਓ। ਹਾਂ ਬੋਸ ਗੈਂਗ ਕੀ ਆਪਣੇ ਗਿਣਵੇਂ ਚੁਣਵੇਂ ਬੰਦੇ ਆ ਗੈਂਗ ਆਪਣੀ ਪਹਿਲਾਂ ਵੀ ਘਟਦੀ ਜਾ ਰਹੀ ਆ ਬੰਦੇ ਛੋੜਦੇ ਜਾ ਰਹੇ ਇੱਕ ਨਵੀਂ ਬਿਮਾਰੀ ਆ ਗਈ ਕੋਰੋਨਾ ਵਾਇਰਸ ਸੁਣਨੀ ਹੋਣੀ ਲੋਸ ਮੀਟਰ ਪਹਿਲਾਂ ਨਿਊਜ਼ ਤਾਂ ਤੁਹਾਨੂੰ ਭੈਣ ਰੁਮਾਲ ਨਹੀਂ ਬੰਨੇ ਥਾਲੇ ਉਹਨੇ ਦੱਸਿਆ ਨਹੀਂ ਕਾਇਨਾ ਦੇਣਾ ਤੁਹਾਨੂੰ ਨਹੀਂ ਕਰੋ ਜਲਦੀ ਰੁਮਾਲ ਬੰਨੋ ਛੇਤੀ ਛੇਤੀ ਦੋ ਮਿੰਟ ਪਹਿਲਾਂ ਕਾਇਨਾ ਦੇ ਵੀ ਲਾਵਾਂ ਮੈਂ ਕਲਾਸ ਕਾਇਨਾ ਦੇ ਬਤਾਇਆ ਨਹੀਂ ਤੁਹਾਨੂੰ ਵੀ ਰੁਮਾਲ ਬੰਨਣੇ ਨਾ ਬੋਸ ਮਾਨ ਬੰਨੋ ਬੰਨੋ ਛੇਤੀ ਬਸ ਸੁਣੋ ਕਰੋਨਾ ਦੀ ਕਿਸ ਤਰ੍ਹਾਂ ਬਚਣਾ ਆਪਣੀ ਟੀਮ ਪਹਿਲੀ ਕੱਢਦੀ ਜਾ ਰਹੀ ਹੈ ਠੀਕ ਹੈ ਸਭ ਤੋਂ ਪਹਿਲਾਂ ਜਿਹਨੂੰ ਵੀ ਬੰਦੇ ਨੂੰ ਖੰਘ ਚਮਕਾ ਨਾ ਗੋਲੀ ਮਾਰ ਅੱਛਾ ਜਿਹੜਾ ਬੰਦਾ ਖੰਘ ਦਾ ਚਮਕਿਆ ਨਾ ਗੋਲੀ ਮਾਰ ਦੇ ਕਿਸ ਕੋਸ ਆਪਣੇ ਮਤੇ ਹੋਊ ਆਪਣੇ ਨੂੰ ਮਾਰ ਦੇ ਠੀਕ ਹੈ ਮੈਂ ਖੰਘ ਦਾ ਚਮਕਿਆ ਕਦੀ ਮੈਨੂੰ ਮਾਰ ਦੇ ਕਿਉਂਕਿ ਕਰੋਨਾ ਤੋਂ ਬਚਣਾ ਹੈ ਇੱਕ ਦੂਸਰੇ ਦੇ ਫੜ ਰਿਹਾ ਉਸ ਗਿਆ ਤੂੰ ਮਰ ਗਿਆ ਸਰਦਾਰ ਕਿਉਂ ਬਣਾਉਣੇ ਮੈਂ ਮਰ ਜਾ ਮੈਨੂੰ ਮਾਰ ਦੇ ਮੇਰੀ ਬਾਤ ਸੁਣ ਗੋਲੀ ਕਿਸ ਤਰ੍ਹਾਂ ਮਾਰ ਦੇ ਕੰਮ ਕਰਦੇ ਹਾਂ ਹੱਥ ਨਹੀਂ ਮਿਲਾਉਣਾ ਕਿਸੇ ਇੱਕ ਦੂਸਰੇ ਦੇ ਹੱਥ ਮਤਲਬ ਮੈਂ ਕੋਣੀ ਮਨਾ ਲਿਓ ਜਾਂ ਪੈਰ ਮਨਾ ਲਿਓ ਕੱਛੇ ਵਾ ਪਾ ਲੱਗਦੇ ਕੰਮ ਜਿਹੜਾ ਬੰਦਾ ਫਸ ਗਿਆ ਪਹਿਲੀ ਫੜ ਤੋਂ ਦੂਰ ਰਹਿਣਾ ਅੱਜ ਜੇ ਕੋਈ ਸਮਝਦਾ ਫਸ ਗਿਆ ਗੋਲੀ ਮਾਰ ਦੇਣੀ ਸਮਝ ਆ ਗਿਆ ਆਪਣੇ ਟੀਮ 'ਚ ਕੋਈ ਬੰਦਾ ਨਾ ਬਾਹਰ ਵੀ ਹੋਣਾ ਚਾਹੀਦਾ ਠੀਕ ਹੈ ਚਲੋ ਜਾਓ ਇੱਕ ਇੱਕ ਮਾਰੀ ਓ ਨੋ ਆਰਡਰ ਮਿਲੇਗਾ ਕੋਈ ਚੱਕਰ ਨੀ ਗੋਲੀ ਮਾਰ ਦੇਣੀ ਹੈ ਉਹ ਖੜੇ ਰਹਿ ਆ ਜੀ
ਖਾਣਾ ਪਾਣੀ ਕਿਤਰੋਂ ਖਰਿਆ ਖਾਣਾ ਪਾਣੀ ਦਾ ਪੁੱਛਾ ਨਾ ਬਸ ਮੈਂ ਤਾਂ ਕੁੱਤੇ ਵਾਲਾ ਕੰਮ ਹੋ ਰਿਹਾ ਉਹ ਕੁੱਤੇ ਕਿਤਰੋਂ ਖਾਣਾ ਪੈਗਾ ਅੱਛਾ ਤੂੰ ਦੱਸ ਤੂੰ ਰੱਟੀ ਜਿੱਤਣ ਕਿਤਰੋਂ ਤਾਂ ਹੋਇਆ ਬਸ ਪੁੱਛਣ ਮੇਰਾ ਤੇ ਬੁਰਾ ਹਾਲ ਹੈ ਕਿਸੇ ਦਾ ਕਰਕੇ ਕੰਮ ਸਾਰ ਰਿਹਾ ਮੈਂ ਤਾਂ ਹੋਰ ਇੱਕ ਨਜ਼ਾਰਾ ਆ ਗਿਆ ਜਿਹੜਾ ਮਰਜ਼ੀ ਠੋਕ ਦੇ ਹਾਂ ਉਹ ਨਜ਼ਾਰਾ ਜਿਸ ਮਰਜ਼ੀ ਨੂੰ ਠੋਕ ਦੇ ਹਨਾ ਪੰਜ ਚਾਰ ਤੋਂ ਪਰੇ ਪੁਰਾਣੇ ਵੀ ਠੋਕ ਦੇ ਪੁਰਾਣੀ ਰੜਕ ਦੀ ਭਾਈ ਯਾਰ ਮੈਨੂੰ ਨਾ ਮਾਰੀ ਮੈਂ ਸਾਰਾ ਖਾਧਾ ਫਸਿਆ ਬਈ ਤੈਨੂੰ ਮਾਰਨਾ ਕੱਲੀ ਰਹਿ ਗਿਆ ਤੂੰ ਇਤਨਾ ਬਾਕੀ ਬੰਦੇ ਸਾਰਿਆਂ ਨੂੰ ਮਾਰਿਆ ਕਰੋਨਾ ਹੋ ਗਿਆ ਆਪਣਾ ਬੋਸੋ ਮਾਰ ਦੀ ਕੋਈ ਨੀ ਮਾਰਿਆ ਬਾਈ ਦੇਖੋ ਕਰੋਨਾ ਕਰੋਨਾ ਮਾਰਿਆ ਇਹਨੇ ਕਿਉਂ ਨੀ ਮਾਰਿਆ ਆਪਣੀ ਮਰਜ਼ੀ ਨਾਲ ਤੁਹਾਨੂੰ ਦੁੜਕਾ ਮਰਦੇ